ईश्वर का द्वार, धर्म का द्वार, मोक्ष द्वार संकीर्ण है, सूक्ष्म है। धर्म की जो शिखर अवस्था है मेरे पातशाह ने उसका जिक्र किया है। ब्रह्म बिंदे बिंद इदा संस्कृत उच्चारण है विंद, इदा पंजाबी उच्चारण है बिंद। जिमें संस्कृत उच्चारण है वेद, इस तरह पंजाबी उच्चारण है वेद। वेद वेद विंद बिंद। वेद तो मुराद है, वेद तो मुराद है ज्ञान। विंद तो मुराद है जो जानता है। वेद ज्ञान, विंद जो जानता है ज्ञान, जो जानता है। जैसे गोविंद जो सृष्टि नू जानता है परमात्मा दे अनंत नामा दे चों, ए भी उसका एक नाम है गोविंद। जो संसार नू जानता है, संसार बनाया तो इहदा मतलब यह नहीं कि संसार की उहदे कोल जानकारी नहीं है, समूह संसार नूं उह जानदा है गोविंद। ब्रह्म बिंदे जो ब्रह्म नूं जानदा है, या इंज कह लो जिहदे कोल ब्रह्म ज्ञान है, ब्रह्म बिंदे जो ब्रह्म नूं जानदा है तिसदा ब्रह्मत रहै, उहदी मत दे च ब्रह्म रहिंदा है, उहदी मत ब्रह्म जैसी हो जांदी है। जे ब्रह्म निरवैर है तो यह निरवैर हो जांदा है।
ਜੇ ਬ੍ਰਹਮ ਨਿਰਭਉ ਹੈ ਤਾਂ ਇਹ ਨਿਰਭਉ ਹੋ ਜਾਂਦਾ ਹੈ। ਜੇ ਬ੍ਰਹਮ ਦਇਆ ਦਾ ਸਾਗਰ ਹੈ ਤਾਂ ਇਹ ਵੀ ਦਇਆ ਦਾ ਸਾਗਰ ਹੋ ਜਾਂਦਾ। ਜੋ ਮਤ ਪ੍ਰਭੂ ਦੀ ਹੈ ਉਹ ਮਤ ਉਸਦੀ ਹੋ ਜਾਂਦੀ ਹੈ। ਕਿਸ ਦੀ? ਜੋ ਜਾਣਨ ਵਾਲਾ ਹੈ, ਬ੍ਰਹਮ ਨੂੰ ਜਾਣਨ ਵਾਲਾ ਹੈ। ਬ੍ਰਹਮ ਬਿੰਦੇ, ਜੋ ਬ੍ਰਹਮ ਦਾ ਬਿੰਦ ਰੱਖਦਾ ਹੈ, ਜਾਣਕਾਰੀ ਰੱਖਦਾ ਹੈ, ਜਾਣਦਾ ਹੈ, ਤਿਸ ਦਾ ਬ੍ਰਹਮਤ ਰਹੇ, ਉਹਦੀ ਬ੍ਰਹਮ ਜੈਸੀ ਮਤ ਹੋ ਜਾਂਦੀ ਹੈ। ਬ੍ਰਾਹਮਣ ਵੀ ਉਸੇ ਨੂੰ ਆਖਿਆ ਗਿਆ ਜਿਹਦਾ ਮਨ ਬ੍ਰਹਮ ਜੈਸਾ ਹੈ, ਜੋ ਬ੍ਰਹਮ ਜੈਸਾ, ਜਿਹਦੀ ਜੀਵਨ ਸ਼ੈਲੀ ਬ੍ਰਹਮ ਜੈਸੀ ਹੈ, ਪਰਮਾਤਮਾ ਜੈਸੀ ਹੈ। ਪਰਮਾਤਮਾ ਜੈਸਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਔਰ ਕੋਈ ਭਵਿਸ਼ ਨਹੀਂ ਹੈ। ਅਗਰ ਅਜੇ ਤੱਕ ਇਹ ਪਰਮਾਤਮਾ ਜੈਸਾ ਨਹੀਂ ਜੀ ਰਿਹਾ ਤਾਂ ਅਜੇ ਇਸ ਨੂੰ ਭਵਿਸ਼ ਦੀ ਪ੍ਰਾਪਤੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਰਮਾਤਮਾ ਜੈਸੀ ਜਦ ਮਤ ਆ ਜਾਂਦੀ ਹੈ ਤਾਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ, ਇਹ ਵੀ ਪ੍ਰੇਮ ਦਾ ਸਾਗਰ ਹੋ ਜਾਂਦਾ। ਜੋ ਬ੍ਰਹਮ ਦਾ ਸੁਭਾਅ ਹੈ, ਵੇਖ ਕੇ ਅਣਡਿੱਠ ਕਰਨਾ, ਇਹ ਵੀ ਵੇਖ ਕੇ ਅਣਡਿੱਠ ਕਰਦਾ। ਜੋ ਬ੍ਰਹਮ ਦਾ ਸੁਭਾਅ ਹੈ ਸਮਦ੍ਰਿਸ਼ਟ ਹੋਣਾ, ਇਹ ਵੀ ਸਮਦ੍ਰਿਸ਼ਟ ਹੋ ਜਾਂਦਾ। ਬ੍ਰਹਮ ਬਿੰਦੇ, ਤਿਸ ਦਾ ਬ੍ਰਹਮਤ ਰਹੇ, ਉਹਦੇ ਕੋਲ ਬ੍ਰਹਮ ਜੈਸੀ ਮਤ ਆਉਂਦੀ ਹੈ। ਪਰ ਇਹ ਬ੍ਰਹਮ ਨੂੰ ਜਾਣਨਾ ਅਤੇ ਬ੍ਰਹਮ ਜੈਸੀ ਮਤ ਨੂੰ ਪ੍ਰਾਪਤ ਕਰਨਾ ਸਾਧਨ ਕੀ ਹੈ? ਏਕ ਸ਼ਬਦ ਲੈਵਲਾ ਹੈ। ਇਹ ਅਵਸਥਾ ਬਣੇਗੀ ਕਿਵੇਂ? ਇੱਕ ਸ਼ਬਦ ਨਾਲ ਆਪਣੀ ਸੁਰਤ ਜੋੜ ਹੈ, ਇੱਕ ਸ਼ਬਦ ਵਿੱਚ ਆਪਣਾ ਧਿਆਨ ਜੋੜ ਹੈ। ਸ਼ਬਦ ਇੱਕ, ਉਸਦੇ ਆਸਰੇ ਤੇ ਮਨ ਨੂੰ ਇੱਕ ਕਰੇ। ਪਰਮਾਤਮਾ ਉਹ ਕਦੀ ਦੁਬਿਧਾ ਵਿੱਚ ਨਹੀਂ ਹੈ, ਸਦਾ ਇੱਕ ਹੈ। ਮਨੁੱਖ ਦਾ ਮਨ ਸਦਾ ਦੁਬਿਧਾ ਵਿੱਚ ਹੈ, ਦੁਫਾੜ ਹੈ, ਦੁਫਾੜ ਹੈ। ਕਾਰਨ ਸੰਸਾਰ ਵਿੱਚ ਸਭ ਕੁਛ ਦੋ ਰੰਗੀ ਹੈ, ਇੱਕ ਰੰਗੀ ਤਾਂ ਹੈ ਨਹੀਂ, ਤੋ ਮਨ ਦੁਫਾੜ ਹੋ ਜਾਂਦਾ ਹੈ, ਹਰ ਵਕਤ ਦੁਬਿਧਾ 'ਚ ਰਹਿੰਦਾ। ਇਹ ਇੱਕ ਕਿਵੇਂ ਹੋਵੇ? ਇੱਕ ਸ਼ਬਦ ਲਿਵਲਾ ਹੈ, ਇੱਕ ਸ਼ਬਦ ਵਿੱਚ ਸੁਰਤ ਜੋੜ ਹੈ। ਸ਼ਬਦ ਦੇ ਨਾਲ ਸੁਰਤ ਜੋੜਦਿਆਂ ਇਹ ਬ੍ਰਹਮ ਨੂੰ ਜਾਣਨ ਵਾਲਾ ਬਣ ਜਾਏਗਾ, ਇਹਦੀ ਮਤ ਬ੍ਰਹਮ ਜੈਸੀ ਹੋ ਜਾਏਗੀ। ਹੋਰ ਕੀ ਕੁਛ ਹੋ ਜਾਵੇਗਾ? ਇਹ ਸ਼ਬਦ ਬਹੁਤ ਗਹਿਰਾਈਆਂ ਨੂੰ ਛੂੰਹਦਾ ਹੈ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾ। ਨੌ ਨਿਧੀ, ਨੌ ਤਰ੍ਹਾਂ ਦੀ ਸੰਪਦਾ। ਪਹਿਲੇ ਮੰਨਦੇ ਸਨ ਕਣਕ ਧਨ, ਰੂਪਾ ਧਨ, ਗਊ ਧਨ, ਗਜ ਧਨ, ਭੂਮੀ ਧਨ, ਇਹਨਾਂ ਸਾਰਿਆਂ ਪਦਾਰਥਾਂ ਨੂੰ ਨਿਧੀ ਕਹਿੰਦੇ ਸਨ। ਇਹਦੇ ਕੋਲ ਜ਼ਮੀਨ ਕਿਤਨੀ ਹੈ, ਇਹਦੇ ਕੋਲ ਗਊਆਂ ਕਿਤਨੀਆਂ ਨੇ, ਇਹਦੇ ਕੋਲ ਘੋੜੇ ਕਿਤਨੇ ਨੇ, ਇਹਦੇ ਕੋਲ ਹਾਥੀ ਕਿਤਨਾ, ਇਹਦੇ ਕੋਲ ਸੋਨਾ ਕਿਤਨਾ, ਇਹਦੇ ਕੋਲ ਚਾਂਦੀ ਕਿਤਨੀ, ਇਹਦੇ ਕੋਲ ਮਕਾਨ ਕਿਤਨੇ ਨੇ, ਇਸ ਤਰ੍ਹਾਂ ਇਹ ਨਿਧੀ ਗਿਣੀ ਜਾਂਦੀ ਹੈ, ਨਿਧੀ ਖਜ਼ਾਨਾ। ਇਹਦੇ ਕੋਲ ਸੋਨੇ ਦਾ ਖਜ਼ਾਨਾ ਹੈ, ਚਾਂਦੀ ਦਾ ਖਜ਼ਾਨਾ ਹੈ। ਪੁਰਾਣੇ ਜ਼ਮਾਨੇ 'ਚ ਬਹੁਤਾ ਚੋਟੀ ਦਾ ਧਨਵਾਨ ਉਹਨੂੰ ਮੰਨਦੇ ਸਨ ਜਿਹਦੇ ਕੋਲ ਗਊਆਂ ਜ਼ਿਆਦਾ, ਉਹਨੇ ਕਰੰਸੀ ਨੋਟ 'ਤੇ ਆਉਂਦੇ ਨਹੀਂ ਸਨ। ਜਿਵੇਂ ਕਿਸੇ ਨੂੰ ਮਹਾਨ ਕਹਿਣਾ ਹੋਵੇ ਤਾਂ ਕਹਿ ਦਿੰਦੇ ਸਨ ਗੋ ਸਵਾਮੀ, ਗਊਆਂ ਦਾ ਮਾਲਕ। ਜੈਸੇ ਤੁਲਸੀਦਾਸ ਨੂੰ ਕਹਿੰਦੇ ਨੇ ਗੋ ਸਵਾਮੀ ਤੁਲਸੀਦਾਸ, ਗਊਆਂ ਦਾ ਮਾਲਕ।
महान धनवान महान समर्थशील नूं गोस्वामी कह देंदे सन। किधरे किधरे जमीन ज्यादा है, धरती ज्यादा है, इनू भी गो कहिंदे ने। तो गोस्वामी भूमि पत्त है, भूमि का राजा है। ये नौ तरह के खजाने ते 18 सिद्धियां। परमात्मा महाशक्ति है, जो परमात्मा नू जान गया ते परमात्मा का स्वभाव प्राप्त कर लिया, परमात्मा वर्गी मत उसकी हो गई है, हुण ये कमजोर नहीं रह गए, ये भी शक्तिशाली हो जाए। उन्हां शक्तियां नू 18 सिद्धि करके कहिंदे ने। गुप्त हो जाना, प्रगट हो जाना, सूक्ष्म हो जाना, अस्थूल हो जाना, जिथे चाहना उत्थे प्रगट हो जाना, हर एक दे हिरदे दी जो है जान लेना। इस तरह विद्वाना ने गिनतियां कीतियां ने 18। ये उसनों प्राप्त हो जांदियां ने, उहदे पिछे छाए दी तरह चलदियां, साए दियां तरह चलदियां ने, जिहड़ा हर वक्त हिरदे विच परमात्मा नूं वसा लैंदा। इस दा मैं खुलासा करां, जीवां दा विचरण, जीवां दा भ्रमण तीन थावां विच हो सकदा है। इहनूं कहिंदे ने देश, काल, अकाल। देश, काल, अकाल, या इसनों खुले रूप में बयान करा, देश अस्थान, काल समा, अकाल परमात्मा। जीव तीन तरीके नाल जी सकते हैं, अस्थान देच, समय देच, या फिर परमात्मा देच। देश, काल, अकाल। तन नूं भज्जण दौड़न वास्ते ते तन नूं कुछ प्राप्त करन वास्ते ते तन नूं रहन वास्ते अस्थान चाहिए, देश चाहिए, जगह चाहिए। जगह तो बिना तन नहीं रह सकेगा। अस्थान ते चाहिए, स्पेस ते चाहिए। पंजवां तत् ही आकाश नू मनिया गया, अस्थान नू मनिया गया, स्पेस नू मनिया गया, जगह नू मनिया गया। काफी चिरां दी गल है, एक मुसलमान विद्वान ने मैनू आख्या कि पंज तत् भारत दे ऋषि मुनि कही जांदे ने, तत् ते चार ने। इस्लाम चार मनदा है, ईसाइयत भी चार मनदी है, मिडल ईस्ट दे मध्य पूर्व दे जिहड़े धर्म पैदा होए ने वो चार तत् मनदे ने, पंज तत् नहीं मनदे। वो मनदे ने धरती नूं, पवन नूं, पाणी नूं ते अगन नूं। उस मुसलमान ने बड़े हौसले नाल, बड़ी हिम्मत नाल, पूरे विश्वास नाल मैनू आख्या, तन दे च पाणी है मनदे आ, ते तन दे च अग भी है मनदे आ, तन दे च पवन भी है मनदे आ, ते तन मिट्टी दा पुतला मिट्टी भी है मनदे आ। तुसी दसो तन दे च आकाश कित्थे है? ये कोई तत् नहीं है, ये कोई तत् नहीं। ये भारत दे ऋषि मुनिया नूं भुलेखा लग गया है। पंज तत् कही जाते हैं, तत् चार ने। मैं फिर अर्ज करा, कुछ धर्म ने खास करके मध्य पूर्व दे जो पैदा हुए मिडल ईस्ट, वो चार तत् मनते हैं, पंज तत् नहीं मनते।